ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਬਜਟ ਅਤੇ ਡਿਬੇਟ ਦੇ ਸਮੇਂ ਵਿੱਚ ਵੀ ਮੈਂ ਗੱਲ ਚੱਕਣ ਦੀ ਕੋਸ਼ਿਸ਼ ਕੀਤੀ ਸੀ, ਪੂਰਾ ਸਮਾਂ ਨਾ ਮਿਲਣ ਕਰਕੇ। ਲੇਕਿਨ ਜਿਹੜੇ ਮਹਾਰਾਸ਼ਟਰ ਸਰਕਾਰ, ਏਕਨਾਥ ਸ਼ਿੰਦੇ ਸਰਕਾਰ ਨੇ ਤਖ਼ਤ ਹਜ਼ੂਰ ਸਾਹਿਬ ਦੀ ਮੈਨੇਜਮੈਂਟ ਅਤੇ ਬੋਰਡ ਦੇ ਉੱਤੇ ਜਿਹੜੀ ਦਖਲ ਅੰਦਾਜ਼ੀ ਕਰਕੇ 1956 ਦੇ ਐਕਟ ਦੇ ਉਲਟ ਗੈਰ ਕਾਨੂੰਨੀ ਤਰੀਕੇ ਦੇ ਨਾਲ ਉਹਨਾਂ ਨੇ ਜਿਹੜੀ ਫੇਰ ਬਦਲ ਕੀਤੀ ਹੈ, ਇਹਨਾਂ ਦੀ ਸਖ਼ਤ ਸ਼ਬਦਾਂ 'ਚ ਮੈਂ ਨਿੰਦਾ ਕਰਦੀ ਹਾਂ। ਜਿੱਥੇ ਦੋ ਮੈਂਬਰ ਨੋਮੀਨੇਟ ਹੁੰਦੇ ਸੀਗੇ 17 ਵਿੱਚੋਂ ਸਰਕਾਰ ਵੱਲੋਂ, ਉਹਨੂੰ ਬਦਲ ਕੇ ਉਹਨਾਂ ਨੇ 12 ਨੋਮੀਨੇਟ ਕਰ ਦਿੱਤੇ ਹੈਗੇ ਨਵੇਂ, ਜਿਹੜੇ ਇਹਨਾਂ ਨੇ ਅਮੈਂਡਮੈਂਟ ਲੈ ਕੇ ਕਿ 17 ਵਿੱਚੋਂ 12 ਸਰਕਾਰ ਵੱਲੋਂ ਨੋਮੀਨੇਟ ਕੀਤੇ ਜਾਣਗੇ। ਅਤੇ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈਗੀ, ਜਿੱਥੋਂ 4 ਮੈਂਬਰ ਆਉਂਦੇ ਸੀ, ਉਹਨਾਂ ਨੂੰ ਘਟਾ ਕੇ 2 ਮੈਂਬਰ ਕਰਤਾ ਹੈ। ਇਹ ਸਿੱਧੇ ਤੌਰ 'ਚ ਸਾਡੇ ਧਰਮ ਦੇ ਨਾਲ ਇਹ ਦਖਲ ਅੰਦਾਜ਼ੀ ਹੈ। ਬਹੁਤ ਵੱਡਾ ਰੋਸ ਸਿੱਖ ਕੌਮ 'ਚ ਹੈਗਾ। ਮੈਂ ਆਪਣੇ ਨੰਦੇੜ ਸਾਹਿਬ, ਹਜ਼ੂਰ ਸਾਹਿਬ, ਮਹਾਰਾਸ਼ਟਰ ਦੇ ਸਿੱਖ ਭਰਾਵਾਂ ਨੂੰ, ਭੈਣ ਭਰਾਵਾਂ ਨੂੰ ਆਹੀ ਕਹਿਣਾ ਚਾਹੁੰਦੀ, ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਟ ਕੇ ਤੁਹਾਡੇ ਨਾਲ ਖੜੀ ਹੈ। ਇਹ ਸਰਕਾਰੀ ਕਬਜ਼ੇ ਸਾਡੇ ਗੁਰਦੁਆਰਿਆਂ 'ਚ, ਹਰਿਆਣੇ 'ਚ ਵੀ ਆਹੀ ਕੁਛ ਕਰ ਰਹੇ ਨੇ, ਅਤੇ ਹੁਣ ਮਹਾਰਾਸ਼ਟਰ ਸਾਡੇ ਤਖ਼ਤ ਦੇ ਉੱਚੇ ਨੰਦੇੜ ਸਾਹਿਬ, ਹਜ਼ੂਰ ਸਾਹਿਬ 'ਚ ਜਿਹੜਾ ਕਰ ਰਹੇ ਨੇ, ਇਹ ਕਿਸੇ ਹਾਲਤ 'ਚ ਸਿੱਖ ਕੌਮ ਬਰਦਾਸ਼ਤ ਨਹੀਂ ਕਰੂਗੀ। ਅਸੀਂ ਤੁਹਾਡੇ ਨਾਲ ਖੜੇ ਹਾਂ। ਜਦੋਂ ਵੀ ਤੁਸੀਂ ਆਵਾਜ਼ ਲਾਓ, ਸ਼੍ਰੋਮਣੀ ਅਕਾਲੀ ਦਲ ਤੁਹਾਡੇ ਨਾਲ ਖੜ ਕੇ ਇਸ ਲੜਾਈ 'ਚ ਮੋਢੇ ਦੇ ਨਾਲ ਮੋਢਾ ਲਾ ਕੇ ਲੜਾਈ ਤੁਹਾਡੇ ਨਾਲ ਲੜੂਗੀ, ਅਤੇ ਆਪਣੇ ਘੁਰ ਗੁਰਧਾਮਾਂ ਨੂੰ ਸਰਕਾਰੀ ਕਬਜ਼ੇ ਤੋਂ ਬਚਾਉਣ ਵਾਸਤੇ ਅਸੀਂ ਹਰ ਹੀਲਾ ਅਪਣਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।